ਸਸਰੀਕਲ ਦੋਸਤੋ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਕੰਬੋਸ ਟੀਵੀ ਪੰਜਾਬ ਦੇ ਵਿੱਚ ਤਾਂ ਦੋਸਤੋ ਪਿਛਲੇ ਕੁਝ ਸਮੇਂ ਤੋਂ ਜੋ ਆਪ ਸਰਕਾਰ ਹੈ ਜੋ ਬਿਲਕੁਲ ਫੇਲ ਹੋ ਚੁੱਕੀ ਹੈ ਜੋ ਮਲਾਜ਼ਮਾਂ ਤੇ ਪੈਨਸ਼ਨ ਉਹਨਾਂ ਦੀ ਜੋ ਪੂਰੀਆਂ ਤਨਖਾਹਾਂ ਦੇਣ ਦੇ ਵਿੱਚ ਤਾਂ ਇਸ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਜੋ ਮਲਾਜ਼ਮ ਨੇ ਜੋ ਹਾਈ ਕੋਰਟ ਦੇ ਵਿੱਚ ਜੋ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਟਾ ਰਹੇ ਨੇ ਤਾਂ ਇਸ ਨੂੰ ਲੈ ਕੇ ਜੋ ਅੱਜ ਜੋ ਇੱਕ ਮਾਨਯੋਗ ਹਾਈ ਕੋਰਟ ਦਾ ਜੋ ਬਹੁਤ ਹੀ ਵੱਡਾ ਤੇ ਇਤਿਹਾਸਿਕ ਫੈਸਲਾ ਜੋ ਸਾਹਮਣੇ ਨਿਕਲ ਕੇ ਆਇਆ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੇ 5.5 ਸਾਲ ਦੇ ਏਰੀਆ ਅਤੇ 12% ਪੈਂਡਿੰਗ ਡੀਏ ਨੂੰ ਲੈ ਕੇ ਜੋ ਵਿਚਾਰ ਚਰਚਾਵਾਂ ਜੋ ਕੀਤੀਆਂ ਗਈਆਂ ਸੀ ਤਾਂ ਉਸ ਸੰਬੰਧੀ ਜੋ ਇਹ ਫੈਸਲਾ ਜੋ ਮਾਨਯੋਗ ਹਾਈ ਕੋਰਟ ਨੇ ਜੋ ਮਲਾਜ਼ਮਾਂ ਦੇ ਹੱਕ ਦੇ ਵਿੱਚ ਪੇਸ਼ ਕੀਤਾ ਹੈ ਤਾਂ ਹੁਣ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤਾਂ ਦੋਸਤੋ ਕੁਝ ਪਿਛਲੇ ਸਮੇਂ ਤੋਂ ਜੋ ਪਟੀਸ਼ਨਰ ਨੇ ਜੋ ਆਪਣੀਆਂ ਪਟੀਸ਼ਨਾਂ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਇਰ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਡਿਸਕਸ ਕਰਕੇ ਦੱਸਾਂਗੇ ਕਿ ਜੋ 12 ਜੁਲਾਈ ਨੂੰ ਜੋ ਫੈਸਲਾ ਆਇਆ ਹੈ ਇਹ ਕੇਸ ਹੈ ਜੋ ਪੈਨਸ਼ਨਾਂ ਵੱਲੋਂ ਜੋ ਇੱਕ ਫਾਈਲ ਕੀਤਾ ਗਿਆ ਸੀ ਦੋਸਤੋ ਇਹ ਜੋ ਰਿਟ ਪਟੀਸ਼ਨ ਹੈ 15758 2024 ਦੀ ਹੈ ਤਾਂ ਇਸ ਦਾ ਜੋ ਟਾਈਟਲ ਹੈ ਸੋਮਦਤ ਦਾਦ ਐਂਡ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਦੇ ਵੱਲੋਂ ਜੋ ਇਹ ਜੋ ਦਾਇਰ ਕੀਤੀ ਗਈ ਸੀ ਪਟੀਸ਼ਨ ਦੋਸਤੋ ਇਸ ਦੇ ਵਿੱਚ ਜੋ ਪਟੀਸ਼ਨਰ ਹਨ ਉਹ ਸੀਨੀਅਰ ਸਿਟੀਜ਼ਨ ਹਨ ਉਹਨਾਂ ਵੱਲੋਂ ਇਸ ਰਿਟ ਪਟੀਸ਼ਨ ਵਿੱਚ ਮੁੱਖ ਮੰਗ ਇਹ ਰੱਖੀ ਗਈ ਸੀ ਕਿ 1-1 ਦੌਰ 2016 ਤੋਂ 31 2021 ਤੱਕ ਦੇ ਏਰੀਅਰ ਦੀ ਅਦਾਇਗੀ ਕੀਤੀ ਜਾਵੇ ਦੋਸਤੋ ਇਸ ਦੇ ਵਿੱਚ 5.5 ਸਾਲ ਦੇ ਏਰੀਅਰ ਨੂੰ ਕਲੀਅਰ ਕਰਨ ਦੀ ਮੁੱਖ ਮੰਗ ਰੱਖੀ ਗਈ ਸੀ ਤੇ ਦੋਸਤੋ ਦੂਜੀ ਮੰਗ ਇਸ ਦੇ ਵਿੱਚ ਮੁੱਖ ਮੰਗ ਇਹ ਹੈ ਕਿ ਜੋ ਡੀਏ ਨੂੰ ਲੈ ਕੇ ਕੀਤੀ ਗਈ ਹੈ ਕਿ ਕਹਿਆ ਗਿਆ ਕਿ ਡੀਏ ਦੀ ਅਦਾਇਗੀ ਹੈ ਜੋ ਪਟੀਸ਼ਨਰ ਨੂੰ ਨਹੀਂ ਕੀਤੀ ਜਾ ਰਹੀ ਜੋ ਕਿ ਸਰਾਸਰ ਤੱਕਾ ਹੈ ਜੋ ਪੰਜਾਬ ਸਰਕਾਰ ਦਾ ਦੋਸਤੋ ਅੱਗੇ ਜੋ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਇਹ ਕੁਝ ਕਿਹਾ ਜੋ ਪੰਜਾਬ ਸਰਕਾਰ ਦੇ ਵਕੀਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਕਿ ਸੀਡਬਲਯੂਪੀ 29782 ਆਫ 2022 ਟਾਈਟਲਡ ਐਸਟੇਟ ਪ੍ਰਕਾਸ਼ ਕੁਮਾਰ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਇਸ ਕੇਸ ਦਾ ਹਵਾਲਾ ਦਿੰਦੇ ਜਿਸ ਦਾ ਫੈਸਲਾ 11 7 2024 ਨੂੰ ਹੋਇਆ ਸੀ ਇਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਟੇਟ ਆ ਜੋ ਪਹਿਲਾਂ ਹੀ ਇਹ ਮੰਨ ਚੁੱਕੀ ਹੈ ਕਿ ਜੋ ਰਿਟਾਇਰਿਸ ਨੇ ਉਹਨਾਂ ਦੇ ਏਰੀਅਰ ਦੀ ਅਦਾਇਗੀ ਅਗਲੇ ਜੋ 6 ਮਹੀਨਿਆਂ ਦੇ ਅੰਦਰ ਅੰਦਰ ਕਰ ਦਿੱਤੀ ਜਾਵੇਗੀ ਅਤੇ ਜੋ ਪਟੀਸ਼ਨਰ ਨੇ ਉਹਨਾਂ ਦੇ ਏਰੀਅਰ ਦੀ ਅਦਾਇਗੀ ਦੇ ਜੋ ਸਪੀਕਿੰਗ ਆਰਡਰਸ ਨੇ ਉਹ ਵੀ ਪਾਸ ਕੀਤੇ ਜਾਣਗੇ ਜੋ ਸਰਕਾਰ ਵੱਲੋਂ ਅਤੇ ਅੱਗੇ ਜੋ ਪੰਜਾਬ ਸਰਕਾਰ ਨੇ ਡੀਏ ਸੰਬੰਧੀ ਇਹ ਕਿਹਾ ਹੈ ਕਿ ਜੋ ਡੀਏ ਦੀ ਅਦਾਇਗੀ ਹੈ ਉਸ ਦੇ ਕੇਸ ਨੇ ਉਹ ਵੀ ਅਜੇ ਕਲੇਮ ਕੀਤੇ ਜਾਣਗੇ ਪਟੀਸ਼ਨਰ ਦੇ ਅਤੇ ਜੋ ਵੀ ਪਟੀਸ਼ਨਰ ਕਿਸੇ ਕਲੇਮ ਦੇ ਹੱਕਦਾਰ ਨੇ ਤਾਂ ਉਹ ਵੀ ਜੋ ਕਲੇਮ ਹੈ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ ਤਾਂ ਦੋਸਤੋ ਇਸ ਦੇ ਵਿੱਚ ਹੁਣ ਇਹ ਪਤਾ ਲੱਗਦਾ ਕਿ ਪਟੀਸ਼ਨਰ ਦੀਆਂ ਜੋ ਦੋਨੋਂ ਹੀ ਮੰਗਾਂ ਨੇ ਜੋ ਪੰਜਾਬ ਸਰਕਾਰ ਨੇ ਮੰਨ ਲਈਆਂ ਨੇ ਤੇ ਜੋ ਨੋਟੀਫਿਕੇਸ਼ਨ ਵੀ ਜੋ ਨੋਟੀਫਿਕੇਸ਼ਨ ਦੇ ਵਿੱਚ ਵੀ ਇਹ ਸਾਫ਼ ਗੱਲ ਲਿਖੀ ਗਈ ਹੈ ਕਿ ਜੋ 6 ਮਹੀਨਿਆਂ ਦਾ ਜੋ ਡੀਏ ਜੋ ਏਰੀਅਰ ਹੈ ਉਹਨਾਂ ਦੀ ਜੋ ਅਦਾਇਗੀ ਹੈ ਉਸ ਦੀ ਜੋ ਕਰ ਦਿੱਤੀ ਜਾਏਗੀ ਜੋ ਪੰਜਾਬ ਸਰਕਾਰ ਐ ਇਹ ਜੋ ਪਹਿਲਾਂ ਹੀ ਮੰਨ ਚੁੱਕੀ ਹੈ ਤੇ ਇਸ ਦੇ ਵਿੱਚ ਇੱਕ ਗੱਲ ਇਹ ਸਪਸ਼ਟ ਤੌਰ ਤੇ ਲਿਖੀ ਗਈ ਹੈ ਕਿ ਜੋ ਇਸ ਦਾ ਜੋ ਲਾਭ ਹੈ ਸਿਰਫ ਪਟੀਸ਼ਨਰਾਂ ਨੂੰ ਹੀ ਦਿੱਤਾ ਜਾਏਗਾ ਅਤੇ ਜੋ ਮੁਲਾਜ਼ਮ ਨੇ ਹਜੇ ਤੱਕ ਉਹਨਾਂ ਬਾਰੇ ਹਜੇ ਕੋਈ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਗੱਲ ਨਹੀਂ ਲਿਖੀ ਗਈ ਹੈ ਕਿ ਜੋ ਮੁਲਾਜ਼ਮਾਂ ਨੂੰ ਇਸ ਦੀ ਜੋ ਅਦਾਇਗੀ ਕੀਤੀ ਜਾਏਗੀ ਜਾਂ ਸਾਰਿਆਂ ਲਈ ਇਸ ਨੂੰ ਜੋ ਫੈਸਲੇ ਨੂੰ ਜਨਰਲਾਈਜ਼ ਕੀਤਾ ਜਾਏਗਾ ਜਾਂ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਹੁਣ ਪਤਾ ਲੱਗਦਾ ਹੈ ਕਿ ਕੀ ਕੁਝ ਨਵੀਆਂ ਅਪਡੇਟਾਂ ਨਿਕਲ ਕੇ ਆਉਂਦੀਆਂ ਨੇ ਤਾਂ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ ਜੀ ਰੱਬ ਰਾਖਾ